ਸਸਿਕਲ ਜੀ ਗੱਲ ਅੱਜ ਕਰਦੇ ਆ ਪੇਜ ਭਰਨ ਦੀ। ਸਟੂਡੈਂਟ ਪੁੱਛਦੇ ਕਿੰਨੇ ਪੇਜ ਭਰਨੇ ਚਾਹੀਦੇ ਆ। ਇੱਕ ਕੁਐਸਚਨ ਤੁਹਾਡੇ ਤੋਂ ਮੈਂ ਕਰਦਾ ਆ ਵੀ ਤੁਸੀਂ ਜੋਬ ਲੈਣੀ ਆ ਕਿ ਕੋਰਸ ਨੂੰ ਕਰਨਾ ਆ। ਨੌਕਰੀ ਲੈਣ ਲਈ ਪੇਜ ਭਰਨ ਦਾ ਪ੍ਰੋਸੀਜਰ ਥੋੜਾ ਹੋਰ ਆ, ਤੇ ਜੇ ਸਿਰਫ ਕੋਰਸ ਹੀ ਕਰਨਾ ਉਹਦਾ ਪ੍ਰੋਸੀਜਰ ਕੁਝ ਹੋਰ ਆ। ਜੇ ਤਾਂ ਸਿੱਖਣਾ ਸ਼ੋਰਟ ਹੈਂਡ ਨੂੰ ਸ਼ੌਂਕੇ ਤੌਰ ਤੇ, ਫਿਰ ਤੁਸੀਂ 5-10 ਪੇਜ ਭਰੀ ਚਲੋ ਡੇਲੀ ਦੇ, ਡੇਲੀ ਅੱਧਾ ਘੰਟਾ ਲਾਈ ਚਲੋ, ਤਾਂ ਵੀ ਤੁਸੀਂ 3-4 ਮਹੀਨੇ 'ਚ ਸ਼ੋਰਟ ਹੈਂਡ ਨੂੰ ਸਿੱਖ ਜਾਓਗੇ। ਤੁਹਾਨੂੰ ਸਾਰੇ ਰੂਲ ਸਮਝ ਲੱਗ ਜਾਣਗੇ, ਤੁਸੀਂ ਪ੍ਰੋਪਰ ਉਹਨੂੰ ਲਿਖਣ ਲੱਗ ਪਓਗੇ, ਪਹਿਰੇ ਲਿਖਣ ਲੱਗ ਪਓਗੇ। ਪਰ ਜੇ ਤੁਸੀਂ ਜੋਬ ਲੈਣਾ ਚਾਹੁੰਦੇ ਹੋ, ਠੀਕ ਆ, ਉਹ ਫਿਰ ਦੇਖਣਾ ਪੈਣਾ ਵੀ ਦੁਨੀਆ ਕੀ ਕਰਦੀ ਪਈ ਹੈ। ਜੋਬ ਤਾਂ ਮਿਲਣੀ ਬੈਸਟ ਬੰਦੇ ਨੂੰ। ਹੁਣ ਮੈਂ ਅੱਜ ਤੱਕ ਜਿਹੜਾ ਮੇਰੇ ਕੋਲ ਰਜਿਸਟਰ ਵਿੱਚ ਅਕਾਊਂਟ ਸਟੂਡੈਂਟ ਹੈਗੇ ਆ, ਲਿਸਟ ਮੇਰੇ ਕੋਲ ਹੈਗੀ ਆ, ਸਟੂਡੈਂਟ ਮੈਂ ਰਿਕਾਰਡ ਰੱਖਦਾ ਹੁੰਦਾ, ਉਹਦੇ ਵਿੱਚ 6000 ਸਟੂਡੈਂਟ ਨੂੰ ਮੈਂ ਪੜ੍ਹਾ ਚੁੱਕਿਆ ਹੁਣ ਤੱਕ। ਪਰ ਜੋਬ ਜਿਹੜੇ ਸਟੈਮ ਲੱਗੇ ਉਹ 250, 7 ਸਾਲਾਂ 'ਚ 250 ਬੰਦਾ ਲੱਗਾ 6000 ਦੇ ਵਿੱਚੋਂ। ਉਹ 6000 ਬੰਦਾ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਵੀ ਉਹ ਤਿਆਰੀ ਨਹੀਂ ਕਰਦੇ, ਮਿਹਨਤ ਨਹੀਂ ਕਰਦੇ ਸੀਗੇ, ਸਾਰੇ ਕਰਦੇ ਸੀਗੇ। 40-40 ਪੇਜ ਅਸੀਂ ਡੇਲੀ ਹਰੇਕ ਸਟੂਡੈਂਟ ਨੂੰ ਕਹਿੰਦੇ ਹਾਂ। ਮੇਰਾ ਸਟਾਰਟਿੰਗ ਤੋਂ ਰੋਲ ਰਿਹਾ ਜਦੋਂ ਤੋਂ ਮੈਂ ਸੈਂਟਰ ਖੋਲਿਆ ਹੈਗਾ ਵੀ ਹਰੇਕ ਸਟੂਡੈਂਟ ਤੋਂ 40 ਪੇਜ ਭਰਾਏ ਜਾਂਦੇ ਆ। ਸਟੂਡੈਂਟ ਨੂੰ ਉੱਥੇ ਟਾਈਮ ਦਿੱਤਾ ਜਾਂਦਾ ਬੈਠ ਕੇ ਪੇਜ ਭਰ, ਉਹਨੂੰ ਖੁੱਲ੍ਹਾ ਟਾਈਮ ਦਿੰਦੇ ਵੀ ਇੱਥੇ ਬੈਠ ਕੇ ਪੇਜ ਭਰ ਤੂੰ, ਜਿਸ ਤਰ੍ਹਾਂ ਘਰੇ ਟਾਈਮ ਨਹੀਂ ਲੱਗਦਾ ਇੱਥੇ ਬਹਿ ਕੇ ਪੇਜ ਭਰ। ਪਰ 40 ਪੇਜ ਭਰਨ ਤੋਂ ਬਿਨਾਂ ਅਸੀਂ ਟੈਸਟ ਨਹੀਂ ਲੈਂਦੇ ਸੀਗੇ। ਪਰ 40 ਭਰ ਕੇ ਵੀ ਜੇ ਬੰਦੇ ਉਹਨਾਂ ਵਿੱਚੋਂ ਤੁਸੀਂ ਦੇਖੋ ਐਵਰੇਜ ਕੀ ਆ, 6000 ਦੇ ਵਿੱਚੋਂ 250 ਬੰਦਾ ਜੋਬ ਲੱਗਾ ਆ, ਫਿਰ ਜਿਹੜਾ 250 ਬੰਦਾ ਉਹੀ ਚਾਲੀ ਚਾਲੀ ਭਰ ਭਰ ਕੇ 250 ਬੰਦਾ ਜੋਬ ਲੱਗ ਜਾਂਦਾ, 6000 ਬੰਦਾ ਵਿੱਚ ਜਿਹੜਾ ਰਹਿ ਜਾਂਦਾ ਆ, 550 ਜਿਹੜਾ ਪੌਣੇ 600 6000 ਬੰਦਾ ਜਿਹੜਾ ਰਹਿ ਜਾਂਦਾ ਜੋਬ ਲੱਗਣ ਤੋਂ, ਉਹ ਕਿਵੇਂ ਰਹਿ ਜਾਂਦਾ? ਉਹ ਸਾਰੇ ਜੇ 40-40 ਪੇਜ ਭਰ ਕੇ ਸਾਰੇ ਬਾਬਾ ਚੱਲਦੇ ਰਹਿੰਦੇ ਤੇ 40 ਦੇ ਉਹ ਜਿਹੜੇ 6000 ਹੈਗੇ ਉਹ ਸਾਰੇ ਜੋਬ ਨਹੀਂ ਲੱਗਣੇ ਸੀਗੇ। ਜੋਬ ਲੱਗਦਾ ਬੈਸਟ ਬੰਦਾ। ਇੱਕ ਗਰੁੱਪ ਦੇ ਵਿੱਚੋਂ 20 ਸਟੂਡੈਂਟ ਨੂੰ ਮੈਂ ਕਹਿੰਦਾ ਵੀ 40 ਪੇਜ ਭਰ ਕੇ ਆਉਂਦੇ ਆ, ਤੇ ਜੇ ਉਹਨਾਂ 'ਚ 45 ਕੋਈ ਭਰ ਰਿਹਾ, ਜੋ ਕੋਈ 50 ਭਰ ਕੇ ਆ ਰਿਹਾ, ਜੋਬ ਉਹ ਲੱਗਾ ਆ। ਜਿਹੜਾ ਬਰਾਬਰ ਹੀ ਰਹਿ ਗਿਆ ਲੋਕਾਂ ਦੇ ਉਹ ਮੈਰਿਟ 'ਚ ਥੱਲੇ ਚਲਾ ਗਿਆ। ਹਰੇਕ ਸਟੂਡੈਂਟ ਨੂੰ ਕਲੀਅਰਲੀ ਪਤਾ ਹੋਣਾ ਚਾਹੀਦਾ ਵੀ ਦੁਨੀਆ ਕੀ ਕਰਦੀ ਪਈ ਆ, ਤੇ ਮੈਰਿਟ ਕਿੰਨੀ ਬਣਨੀ ਹੈਗੀ ਆ, ਕਿੰਨੇ ਹੁਣ ਸੈਂਟਰ ਨਵੇਂ ਖੁੱਲ੍ਹ ਗਏ ਆ, ਕਿੰਨੀ ਦੁਨੀਆ ਹੁਣ ਇਸ ਬਾਰੇ ਸ਼ੋਰਟ ਹੈਂਡ ਬਾਰੇ ਅਵੇਅਰ ਹੋ ਗਈ ਆ। ਜੋਬ ਲੈਣ ਲਈ ਉਹਨਾਂ ਲੋਕਾਂ ਸਾਰਿਆਂ ਨੂੰ ਗੱਟਣਾ ਪੈਣਾ ਆ, ਵੇਖਣਾ ਪੈਣਾ ਲੋਕ ਕੀ ਕਰਦੇ ਪਏ ਆ, ਉਹ ਕਿਵੇਂ ਤਿਆਰੀ ਕਰਦੇ ਪਏ ਆ, ਠੀਕ ਆ। ਜੇ ਤੁਸੀਂ ਆਪਦੇ ਅਕੋਰਡਿੰਗ ਵੀ ਮੈਂ ਇੰਨਾ ਕੰਫਰਟੇਬਲ ਹੈਗਾ ਆ ਵੀ ਮੇਰੇ ਤੋਂ ਇੰਨਾ ਕੁ ਹੁੰਦਾ ਆ ਵੀ ਤੁਸੀਂ ਆਪਦੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਵੀ ਚੱਲ ਇੰਨੇ ਪੇਜ ਭਰ ਲਏ, ਮੇਰੀ ਬਹੁਤ ਮਿਹਨਤ ਹੋ ਗਈ ਆ, ਉਹ ਸਫੀਸ਼ੈਂਟ ਨਹੀਂ ਹੈਗੀ, ਤੁਸੀਂ ਵੇਖਣਾ ਤੁਹਾਡੇ ਜਿਹੜੇ ਹੋਰ ਤੁਹਾਡੇ ਕੰਪੀਟੀਟਰ ਹੈਗੇ ਆ, ਤੁਹਾਡੇ ਸੈਂਟਰ ਵਾਲੇ ਹੈਗੇ ਆ, ਜਾਂ ਹੋਰ ਪੰਜਾਬ ਦੇ ਵਿੱਚ ਸਟੂਡੈਂਟ ਬੈਠੇ ਆ, ਕਿਉਂਕਿ ਮੈਂ ਇੱਥੇ ਵੀਡੀਓ ਪਾਉਂਦੇ ਰਹਿੰਦਾ ਵੀ ਦੁਨੀਆ ਕੀ ਕਰਦੀ ਪਈ ਆ, ਤੁਹਾਨੂੰ ਉਹਨਾਂ ਨੂੰ ਕੱਟਣਾ ਪੈਣਾ। ਜਿਹੜਾ ਸਟੂਡੈਂਟ 50 ਭਰਦਾ ਸੀ ਉਹ 40 ਵਾਲੇ ਨੂੰ ਕੱਟ ਗਿਆ, ਜਿਹੜਾ 50 ਭਰਦਾ ਉਹ 60 ਭਰਦਾ ਉਹ 50 ਵਾਲੇ ਨੂੰ ਕੱਟ ਗਿਆ। ਜਿਹੜੇ ਟੋਪਰ ਬੰਦੇ ਹੈਗੇ ਆ ਉਹ ਇੱਦਾਂ ਹੀ ਹੁੰਦੇ ਆ, ਆਪਦੇ ਸੈਂਟਰ ਵਿੱਚ ਇੱਕੋ ਜਗ੍ਹਾ 'ਤੇ ਪੜ੍ਹਨ ਤੋਂ ਬਾਅਦ ਵੀ ਉਹ ਸਟੂਡੈਂਟ ਅੱਗੇ ਕਿਵੇਂ ਲੰਘ ਜਾਂਦੇ ਆ, ਕਿ ਸਟੂਡੈਂਟ ਨੂੰ ਉਹ ਸਟੂਡੈਂਟ ਜਿਹੜਾ ਇਕੱਲਾ ਹੁੰਦਾ ਉਹ ਅਵੇਅਰ ਹੁੰਦਾ ਵੀ ਮੈਨੂੰ ਕਿੰਨੇ ਪੇ ਭਰੂੰਗਾ ਅਤੇ ਕਿਵੇਂ ਇਹਨੂੰ ਕੱਟੂੰਗਾ। ਪਹਿਲਾਂ ਆਪਦੇ ਸੈਂਟਰ ਵਿੱਚ ਆਪਦੇ ਗਰੁੱਪ ਨੂੰ ਕੱਟਣਾ ਹੁੰਦਾ ਆ, ਇੱਥੇ ਹੀ ਮੈਰਿਟ ਬਣ ਜਾਣੀ ਆ ਆਪਦੇ ਜ਼ਿਲ੍ਹੇ ਵਿੱਚੋਂ, ਆਪਦੇ ਸੈਂਟਰ ਜਿੰਨੇ ਨੇ ਤੁਹਾਡੇ ਨੇੜੇ ਸੈਂਟਰ ਹੈਗੇ, ਤੁਹਾਡੇ ਸਟੂਡੈਂਟ ਹੈਗੇ, ਕਿੰਨੇ ਗਰੁੱਪ ਹੈਗੇ, ਉਹ 'ਚ ਕਿਹੜਾ ਸਟੂਡੈਂਟ ਬੈਸਟ ਹੈਗਾ, ਉਸ ਬੈਸਟ ਸਟੂਡੈਂਟ ਨੂੰ ਤੁਸੀਂ ਕੱਟ ਦੇਣਾ ਆਪਦੇ ਜ਼ਿਲ੍ਹੇ ਦੇ ਵਿੱਚ ਆਪਦੇ ਸੈਂਟਰ ਵਿੱਚ। ਪਲੱਸ ਸੈਂਟਰ 'ਚੋਂ ਕੱਟ ਦਿਉ ਫਿਰ ਜ਼ਿਲ੍ਹੇ 'ਚ ਕੱਟ ਦਿਉ ਤਾਂ ਤੁਹਾਡਾ ਪੰਜਾਬ ਲੈਵਲ 'ਤੇ ਨੰਬਰ ਆਟੋਮੈਟਿਕਲੀ ਆ ਜਾਣਾ। ਜਿੰਨੇ ਕੁ ਤੁਸੀਂ ਟਾਈਮ ਲਾ ਰਹੇ ਹੋ, 2 ਘੰਟੇ ਲਾ ਰਹੇ ਹਾਂ, 4 ਘੰਟੇ ਲਾ ਰਹੇ ਹਾਂ, 4-4 ਘੰਟੇ ਵਾਲੇ ਪੰਜਾਬ ਦੇ ਵਿੱਚ ਬਹੁਤ ਸਟੂਡੈਂਟ ਹੈਗੇ ਆ। ਹੁਣ ਆਟੋਮੈਟਿਕ ਦਿਮਾਗ ਹੁੰਦਾ ਹਰੇਕ ਬੰਦੇ ਦਾ, ਇਹ ਵੀ ਨਹੀਂ ਹੈਗਾ ਵੱਧ ਟਾਈਮ ਲਾਉਣ ਵਾਲਾ ਜ਼ਿਆਦਾ ਕੁਝ ਸਿੱਖ ਜਾਂਦਾ, ਵੱਧ ਟਾਈਮ ਲਾ ਕੇ ਉਹ ਵੱਧ ਟਾਈਮ ਵੇਸਟ ਵੀ ਕਰ ਸਕਦਾ, ਉਹ ਜੇ ਉਹਦੇ ਪੱਲੇ ਕੁਛ ਨਹੀਂ ਪੈ ਰਿਹਾ, ਉਹਨੇ ਸਟਾਰਟਿੰਗ ਤੋਂ ਮਿਹਨਤ ਨਹੀਂ ਕੀਤੀ ਅਤੇ ਹੁਣ ਉਹ ਜ਼ਿਆਦਾ ਟਾਈਮ ਲਾਊਗਾ ਤਾਂ ਵੀ ਕੋਈ ਫਰਕ ਨਹੀਂ ਪੈਣਾ ਹੈਗਾ। ਜੇ ਹੱਥ ਵਿਗੜ ਗਿਆ, ਰਾਈਟਿੰਗ ਵਿਗੜ ਗਈ ਤਾਂ ਫਿਰ ਜਿੰਨਾ ਮਰਜ਼ੀ ਜ਼ੋਰ ਲਾਈ ਚੱਲੋ, ਠੀਕ ਹੈ। ਇਹ ਤੁਸੀਂ ਤੁਹਾਡਾ ਦਿਮਾਗ ਆ ਅੱਡੋ ਅੱਡੀ ਹੈਗਾ, ਤੁਸੀਂ ਜਿਹੜੇ ਅੱਜ ਪਹਿਰੇ ਕਰ ਲਏ ਨੋਟਪੈਡ 'ਤੇ, ਅੱਜ ਕੋਈ ਪਹਿਰਾ ਨੋਟ ਕਰ ਲਿਆ ਹੈਗਾ, ਕੋਈ ਟੈਪ ਕਰ ਲਿਆ, ਉਹਨੂੰ ਸਾਂਭ ਦਿਉ ਸਾਈਡ 'ਤੇ, ਮਹੀਨੇ ਬਾਅਦ ਉਸ ਪਹਿਰੇ ਨੂੰ ਫਿਰ ਦੁਬਾਰਾ ਟੈਪ ਕਰਕੇ ਦੇਖੋ ਵੀ ਉਹ ਯਾਦ ਰਹਿ ਰਿਹਾ। ਜੇ ਮਹੀਨੇ ਬਾਅਦ ਵੀ ਉਹੀ ਪਹਿਰਾ ਦੁਬਾਰਾ ਤੁਸੀਂ ਪੜ੍ਹ ਸਕਦੇ ਹੋ ਬਿਨਾਂ ਪੈਡਸ ਤੋਂ, ਬਿਨਾਂ ਕੋਈ ਨੇ ਟਾਈਮ ਪੈਣ ਦੇ ਬਾਵਜੂਦ ਵੀ, ਫਿਰ ਤੁਸੀਂ ਘੱਟ ਪੇਜ ਵੀ ਭਰਦੇ ਪਿਆ, ਕੋਈ ਚੱਕਰ ਨਹੀਂ ਹੈਗਾ। ਇਹ ਤੁਹਾਡੇ ਦਿਮਾਗ 'ਤੇ ਡਿਪੈਂਡ ਆ, ਤੁਹਾਡਾ ਦਿਮਾਗ ਕਿੰਨੇ ਜਲਦੀ ਕੈਚ ਕਰਦਾ, ਤੁਸੀਂ ਕਿੰਨਾ ਟਾਈਮ ਉਹਨੂੰ ਯਾਦ, ਕਿੰਨੇ ਕੁ ਪੇਜ ਭਰਨ ਤੋਂ ਬਾਅਦ ਤੁਹਾਨੂੰ ਉਹ ਯਾਦ ਰਹਿ ਜਾਂਦਾ ਆ। ਅੱਜ ਨਹੀਂ ਹੈਗਾ ਵੀ ਅੱਜ ਤੁਸੀਂ ਸੁਬਾਹ ਪ੍ਰੈਕਟਿਸ ਕੀਤੀ, ਸ਼ਾਮ ਨੂੰ ਟਾਈਪ ਕਰਤਾ, ਤੁਹਾਨੂੰ ਯਾਦ ਆ, ਤੁਸੀਂ ਵੇਖਣਾ ਮਹੀਨੇ ਬਾਅਦ ਉਹ ਵਰਡ ਯਾਦ ਰਹਿਣਗੇ ਸਾਰੇ। ਜੇ ਅੱਜ ਕਿਸੇ ਅਖਬਾਰ ਦੀ ਪ੍ਰੈਕਟਿਸ ਕਰ ਲਈ ਆ ਤੇ ਉਹ ਮਹੀਨੇ ਬਾਅਦ ਯਾਦ ਆਊਗਾ, 2 ਮਹੀਨੇ ਬਾਅਦ, 6 ਮਹੀਨੇ ਬਾਅਦ ਪੇਪਰ ਆਉਂਦਾ, ਜਿਹੜਾ ਪੁਰਾਣਾ ਮੈਟਰ ਕੀਤਾ, ਜਿਹੜੀ ਬੁੱਕਸ ਕਰਕੇ ਪਿੱਛੇ ਜਿਹੜੀ ਬੁੱਕਸ ਛੱਡ ਦਿੱਤੀਆਂ ਉਹ ਯਾਦ ਆ। ਜਿਸ ਵੀ ਕੰਡੀਸ਼ਨ 'ਤੇ ਤੁਸੀਂ ਅੱਜ ਹੈਗੇ ਆ, ਇਸ ਕੰਡੀਸ਼ਨ 'ਤੇ ਆਉਣ ਤੋਂ ਬਾਅਦ ਪਿਛਲੇ ਪੈਰੇ ਅੱਜ ਤੋਂ 6 ਮਹੀਨੇ ਵਾਲੇ, 3 ਮਹੀਨੇ ਪੁਰਾਣੇ ਜਾਂ ਮਹੀਨੇ ਪੁਰਾਣੇ ਕੋਈ ਪੈਰਾ ਪਲੇ ਕਰਕੇ ਦੇਖੋ। ਜੇ ਤਾਂ ਤੁਸੀਂ ਉਸ ਨੂੰ ਵਧੀਆ ਲਿਖ ਲੈਂਦੇ ਹੋ ਤਾਂ ਜਿੰਨੀ ਤੁਸੀਂ ਪ੍ਰੈਕਟਿਸ ਕੀਤੀ ਸੀ ਉਨੀ ਬਹੁਤ ਆ, ਠੀਕ ਹੈ। ਜੇ ਫਿਰ ਵੀ ਨਹੀਂ ਪੜ੍ਹਾ ਜਾ ਰਿਹਾ ਇਹਦਾ ਮਤਲਬ ਪ੍ਰੋਬਲਮ ਹੈਗੀ ਆ, ਤੁਸੀਂ ਵਰਡਿੰਗ ਕਵਰ ਕਰਦੇ ਜਾ ਰਹੇ, ਪਿਛਲੀ ਭੁੱਲਦੀ ਜਾ ਰਹੀ, ਅੱਗੇ ਨਿਕਲਦੇ ਜਾ ਰਹੇ ਹਾਂ, ਤੁਹਾਨੂੰ ਲੱਗਦਾ ਮੇਰੀ ਵਰਡਿੰਗ ਕਵਰ ਹੋ ਰਹੀ ਆ, ਵਰਡਿੰਗ ਕਵਰ ਨਹੀਂ ਹੋ ਰਹੀ, ਟਾਈਮ ਵੇਸਟ ਹੋ ਰਿਹਾ। ਤੁਸੀਂ ਉਹ
ਤਾਂ ਉਹ ਪੇ ਭਰਦੇ ਆ। ਪੇ ਭਰਨਾ ਕੋਈ ਨਹੀਂ ਹੁੰਦਾ ਵੀ ਇੰਨੇ ਪੇ ਭਰਾਂਗੇ ਤਾਂ ਹੀ ਜੋਬ ਮਿਲਣੀ ਆ, ਜੇ ਤੁਸੀਂ ਘੱਟ ਪੇ ਭਰ ਕੇ ਵੀ ਯਾਰ ਰੱਖ ਲੈਂਦੇ ਹੋ ਤਾਂ ਠੀਕ ਆ। ਹੁਣ ਕੀ ਹੈਗਾ ਵੀ ਜ ਪੇ ਜ਼ਿਆਦਾ ਭਰ ਲੈਂਦੇ ਪੱਲੇ ਫਿਰ ਵੀ ਕੁਛ ਨਹੀਂ ਹੁੰਦਾ, ਉਹ ਵੀ ਗੱਲ ਗਲਤ ਗੱਲ ਆ। ਠੀਕ ਆ, ਤੁਸੀਂ ਆਪਦੇ ਆਪ ਨੂੰ ਆਪ ਚੈੱਕ ਕਰਨਾ ਵੀ ਤੁਹਾਨੂੰ ਕਿੰਨਾ ਚੱਕ ਕਿੰਨਾ ਕਰਨ ਤੋਂ ਬਾਅਦ ਯਾਦ ਰਹਿ ਜਾਂਦਾ ਹੈ। ਠੀਕ ਆ, ਜੇ ਤੁਸੀਂ ਬਿਨਾਂ ਪੈਡਸ ਤੋਂ ਲਿਖ ਲੈਂਦੇ ਹੋ, ਮੰਨ ਲਓ ਤੁਸੀਂ ਪਹਿਲਾਂ ਫਸਟ ਬੁੱਕ ਅਤੇ ਸੈਕਿੰਡ ਬੁੱਕ 'ਤੇ ਤਿਆਰੀ ਮਿਹਨਤ ਬਹੁਤ ਕੀਤੀ ਹੋਈ ਆ। ਠੀਕ ਆ, ਫਸਟ ਬੁੱਕ 'ਚ ਮਿਹਨਤ ਕਰਨੀ ਜ਼ਰੂਰੀ ਆ, ਸੈਕਿੰਡ ਆਪਣੀ ਸ਼੍ਰੇਣੀ ਭਾਸ ਆਪਣੀ ਹੈਗੀ ਭਾਸ਼ਾ ਭਾਗ ਵਾਲਿਆਂ ਦੀ, ਉਹ 'ਚ ਬੁੱਕ 'ਤੇ ਮਿਹਨਤ ਕਰਨੀ ਜ਼ਰੂਰੀ ਆ, ਉਹਦੇ 'ਚ ਪ੍ਰੋਪਰ 40-40 ਵਾਰੀ ਉਸ ਪਰੇ ਨੂੰ ਕਰਨਾ ਜ਼ਰੂਰੀ ਹੁੰਦਾ ਆ। ਜੇ ਇਸ ਕੰਡੀਸ਼ਨ ਜਿਹੜਾ ਸਟੂਡੈਂਟ ਹੁਣ ਸਾਲ ਹੋ ਗਿਆ ਜਿਹਨੂੰ ਸ਼ੋਰਟਨ ਕਰਦੇ ਹੋਏ ਨੂੰ, ਜਿਹੜੇ ਸਟੂਡੈਂਟ ਨੂੰ ਸਾਲ ਹੋ ਗਿਆ ਸ਼ੋਰਟਨ ਕਰਦੇ ਨੂੰ, ਉਹਨੂੰ ਪੈਡਸ ਕਰਨ ਦੀ ਲੋੜ ਨਹੀਂ ਹੈਗੀ, ਉਹ ਬਿਨਾਂ ਪੈਡਸ ਤੋਂ ਵੀ ਸ਼ੋਰਟਨ ਲਿਖੇ, ਨਹੀਂ ਵੀ ਲਿਖੇ ਜਾ ਰਹੇ ਤਾਂ ਵੀ ਲਿਖੇ ਉਹ, ਜੇ ਮਿਹਨਤ ਕੀਤੀ, ਜੇ ਮਿਹਨਤ ਨਹੀਂ ਕੀਤੀ ਫਿਰ ਵੀ ਟਰਾਈ ਕਰੇਗਾ ਫਿਰ ਕੰਮ ਖਰਾਬ ਹੋ ਜਾਣਾ, ਫਿਰ ਆਊਟਲਾਈਨ ਵਿਗੜ ਜਾਣੀ ਆ। ਜੇ ਉਹਨੇ ਪਹਿਲਾਂ ਮਿਹਨਤ ਕੀਤੀ ਆ ਤੇ ਹੁਣ ਵੀ ਅੱਜ ਪ੍ਰੈਕਟਿਸ ਕਰ ਕਰਕੇ ਲਿਖੀ ਜਾਂਦਾ ਆ ਫਿਰ ਬਹੁਤ ਗਲਤ ਹੈਗਾ। ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਬਿਨਾਂ ਪੈਡਸ ਤੋਂ ਕੀਤੀ ਜਾਵੇ, ਕੋਈ ਵੀ ਪੈਰਾ ਹੈਗਾ 9 ਬੁੱਕਸ ਆਪਣੀ ਹੈਗੀਆਂ ਉਹਨੂੰ ਬਿਨਾਂ ਪੈਡਸ ਤੋਂ ਲਿਖੋ ਉਹਨੂੰ। ਕੋਈ ਅਖਬਾਰ ਆ ਰਿਹਾ, ਕੋਈ ਡਿਕਟੇਸ਼ਨਰੀ, ਅਸੀਂ ਸੈਂਡ ਕਰਦੇ ਹੋਰ ਬਹੁਤ ਚੈਨਲ ਹੈਗੇ ਆ, ਯੂਟਿਊਬ 'ਤੇ ਬਹੁਤ ਚੈਨਲ ਬਣੇ ਹੋਏ ਜਿੱਥੋਂ ਤੁਸੀਂ ਡਿਕਟੇਸ਼ਨ ਲੈ ਸਕਦੇ ਹੋ, ਉਹਨੂੰ ਬਿਨਾਂ ਪੈਡਸ ਤੋਂ ਤੁਸੀਂ ਲਿਖਣਾ ਆ। ਜੇ ਬਿਨਾਂ ਪੈਡਸ ਤੋਂ ਲਿਖਿਆ ਗਿਆ ਜਿੰਨੇ ਮਰਜ਼ੀ ਗਲਤੀਆਂ ਹੋ ਜਾਣ, ਜੇ ਤੁਸੀਂ ਪੈਡਸ ਕਰਕੇ ਗਲਤੀਆਂ ਕਰਦੇ ਹੋ ਫਿਰ ਬਹੁਤ ਗਲਤ ਆ, ਜੇ ਤੁਸੀਂ ਬਿਨਾਂ ਪੈਡਸ ਤੋਂ ਲਿਖਦੇ ਹੋ ਗਲਤੀਆਂ ਆ ਰਹੀਆਂ ਕੋਈ ਚੱਕਰ ਨਹੀਂ ਹੈਗਾ, ਉਹ ਹੌਲੀ ਹੌਲੀ ਠੀਕ ਹੋ ਜਾਣਗੀਆਂ, ਤੁਹਾਡਾ ਦਿਮਾਗ ਆਟੋਮੈਟਿਕਲੀ ਉਹ ਸੋਚਣ ਲੱਗ ਪਊਗਾ ਵੀ ਅੱਖਰ ਨੂੰ ਬਣਾਉਣਾ ਕਿਵੇਂ ਆ। ਹੁਣ ਤੁਹਾਡੇ ਦਿਮਾਗ ਨੂੰ ਆਦਤ ਇਹ ਪੈ ਗਈ ਆ ਵੀ ਉਹ ਪਹਿਲਾਂ ਪ੍ਰੈਕਟਿਸ ਕਰਦਾ ਫਿਰ ਹੀ ਅੱਖਰ ਨੂੰ ਪੜ੍ਹਦਾ ਆ। ਜੇ ਤੁਸੀਂ ਆਦਤ ਨੂੰ ਦਿਮਾਗ ਨੂੰ ਆਦਤ ਇਹ ਪਵਾ ਦੋਗੇ ਵੀ ਤੂੰ ਬਿਨਾਂ ਪ੍ਰੈਕਟਿਸ ਤੋਂ ਵੀ ਪੜ੍ਹਨਾ, ਜਿਵੇਂ ਮਰਜ਼ੀ ਭਾਵੇਂ ਗਲਤ ਲਿਖ ਭਾਵੇਂ ਸਹੀ ਲਿਖ, ਮੈਂ ਤੂੰ ਇੱਦਾਂ ਹੀ ਪੜ੍ਹਿਆ ਜਾਣਾ, ਜੋ ਦਿਮਾਗ 'ਤੇ ਜ਼ੋਰ ਪਾਵਾਂਗੇ ਆਟੋਮੈਟਿਕਲੀ ਅੱਖਰ ਨੇ ਉੱਠਣ ਲੱਗ ਪੈਣਾ ਹੈ, ਭਾਵੇਂ ਤੁਸੀਂ ਗਲਤ ਲਿਖਿਆ ਤਾਂ ਵੀ ਪੜ੍ਹਿਆ ਜਾਣ ਲੱਗ ਪਊਗਾ। ਪਰ ਜੇ ਤੁਸੀਂ ਟਰਾਈ ਨਹੀਂ ਕਰ ਰਹੇ ਬਿਨਾਂ ਪੈਡਸ ਤੋਂ, ਦਿਮਾਗ ਨੂੰ ਸੋਚਣ ਦਾ ਟਾਈਮ ਨਹੀਂ ਦਿੰਦੇ, ਦਿਮਾਗ ਨੂੰ ਕ੍ਰੀਏਟਿਵ ਬਣਾਉਣਾ ਹੈਗਾ ਨਾ ਕਿ ਰੱਟੇ ਵਾਏ ਬਣਨਾ। ਸਰਕਾਰ ਨੇ ਤੁਹਾਨੂੰ ਪਹਿਰਾ ਉਹ ਬੋਲਣਾ ਜਿਹੜਾ ਤੁਸੀਂ ਨਹੀਂ ਕੀਤਾ, ਜਿੰਨੀ ਮਰਜ਼ੀ ਵਰਡਿੰਗ ਕਰ ਲਓ 10-15 ਵਰਡ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਆ ਜਾਂਦੇ ਜਿਹੜੇ ਤੁਸੀਂ ਨਹੀਂ ਕੀਤੇ, ਉਹ ਫਿਰ ਆਪਾਂ ਕਿਵੇਂ ਲਿਖਾਂਗੇ। ਇਸ ਕਰਕੇ ਦਿਮਾਗ ਨੂੰ ਕ੍ਰੀਏਟਿਵ ਬਣਾ, ਜਿਹਨੂੰ ਸਾਲ ਹੋ ਗਿਆ ਸ਼ੋਰਟਨ ਕਰਦੇ ਨੂੰ ਉਹਨੂੰ ਕਿਸੇ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ, ਉਸ ਦਾ ਪੈਰਾ ਪਲੇ ਕਰੇ ਜਿਵੇਂ ਵੀ ਹੈਗਾ ਆ, ਜਿਹੜੀ ਮਰਜ਼ੀ ਸਪੀਡ ਹੋਵੇ, ਸਪੀਡ ਹੌਲੀ ਹੌਲੀ ਬਣ ਜਾਣੀ ਹੁਣ, ਜਿੰਨੇ ਮਰਜ਼ੀ ਵਰਡ ਰਹੇ ਉਹਨਾਂ 'ਚ 400 ਵਰਡ ਦਾ ਪੈਰਾ ਲਾਇਆ, ਜੇ ਤੁਸੀਂ ਪ੍ਰੈਕਟਿਸ ਨਹੀਂ ਕੀਤੀ 400 ਵਰਡ ਦਾ ਪੈਰਾ ਲਾਇਆ, ਜੇ 50 ਵਰਡ ਰਹਿ ਵੀ ਜਾਂਦੇ ਆ ਕੋਈ ਚੱਕਰ ਨਹੀਂ ਹੈਗਾ, 300 ਵਰਡ ਤੁਸੀਂ ਲਿਖਤਾ ਤੁਹਾਡੀ ਅਚੀਵਮੈਂਟ ਆ, 50 ਗਲਤੀਆਂ ਕੋਈ ਚੱਕਰ ਨਹੀਂ ਹੈਗਾ, ਹੌਲੀ ਹੌਲੀ ਕਵਰ ਹੋ ਜਾਣੀਆਂ। ਜੇ ਤੁਸੀਂ ਪ੍ਰੈਕਟਿਸ ਕੀਤੀ ਹੋਈ ਆ ਫਿਰ ਹੀ ਤੁਹਾਡੀ 10 ਗਲਤੀਆਂ ਵੀ ਆ ਗਈਆਂ ਫਿਰ ਬਹੁਤ ਜ਼ਿਆਦਾ ਮਾੜੀ ਗੱਲ ਆ। ਇਸ ਕਰਕੇ ਜਿਹੜੇ ਜਿਹਨੂੰ ਸਾਲ ਹੋ ਗਿਆ ਜਾਂ ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਉਹਨੂੰ ਪ੍ਰੈਕਟਿਸ ਕਰਨ ਦੀ ਲੋੜ ਨਹੀਂ ਹੋਈ, ਉਹ ਅਨਨ ਪੈਰੇ ਟਰਾਈ ਕਰੇ ਅਤੇ ਦਿਮਾਗ ਨੂੰ ਕ੍ਰੀਏਟਿਵ ਬਣਾਵੇ। ਬਟ ਠੀਕ ਆ ਜੀ, ਸਮਝ ਲੱਗ ਗਈ ਹੋਣੀ ਆ ਵੀ ਕਿੰਨੀ ਕਿਹਨੂੰ ਲੋੜ ਹੈਗੀ ਆ, ਕਿੰਨੀ ਕੁ ਮਿਹਨਤ ਦੀ ਲੋੜ ਆ, ਕਿਵੇਂ ਉਹ ਕਵਰ ਕਰੇਗਾ, ਇਹ ਤੁਸੀਂ ਆਪਦਾ ਦੇਖਣਾ। ਤੁਸੀਂ ਮਿਹਨਤ ਕਰਕੇ ਅੱਗੇ ਆਏ ਹੋ ਕਿ ਸਿਰਫ ਸਾਲ ਲੰਘਾਤਾ ਤੁਸੀਂ ਆਪਦਾ। ਠੀਕ ਹੈ ਜੀ, ਥੈਂਕ ਯੂ ਜੀ।